ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਧਰਨਾ ਬਹੁਤ ਲੰਮਾ ਜਾ ਰਿਹਾ ਹੈ ਨਾ ਤੇ ਆਸ ਕਰਦੇ ਆ ਵੀ ਆਪਣੇ ਸ਼ੇਰ ਜਿੱਤਣ ਅਰਦਾਸ ਵੀ ਕਰਦੇ ਆ ਪਰਮਾਤਮਾ ਕਿਰਪਾ ਕਰ ਜਿਤਾ ਇਹਨਾਂ ਨੂੰ ਪਰ ਇੱਕ ਗੱਲ ਹੈ ਜਿਹੜੀ ਜਿਵੇਂ ਕਿ ਹੁਣ ਮਾਤਾ ਹੈਗੀ ਆ ਮਹਿੰਦਰ ਕੌਰ ਜਿਹਨੇ ਕੰਗਣਾ ਤੇ ਬਾੰਦਰੀ ਤੇ ਕੇਸ ਕੀਤਾ ਵੀ ਭਾਈ ਮਨਹਾਨੀ ਦਾ ਵੀ ਸਾਨੂੰ ਐਂ ਕਹਿੰਦੀ ਆ ਵੀ ਹਾਂ ਕਿਸਾਨਾਂ ਨੂੰ ਅਤਵਾਦੀ ਕਿਹਾ ਸਾਨੂੰ ਕਿਹਾ 100-100 ਰੁਪਏ ਦਿਹਾੜੀ ਤੇ ਆਈਆਂ ਠੀਕ ਹੈ ਸਹੀ ਹੈ ਪਰ ਉਸ ਹਾਵਨਾ ਕੇਸ ਹਰੇਕ ਤੇ ਕਰਨਾ ਬੰਦ ਹੈ ਕੱਲੇ ਕੰਗਣਾ ਤੇ ਨਹੀਂ ਕੇਸ ਹਰੇਕ ਤੇ ਕਰਨਾ ਬੰਦ ਹੈ ਹਰੇਕ ਤੇ ਕਰਨਾ ਚਾਹੀਦਾ ਜਿਹੜੇ ਕਹਿੰਦੇ ਆ ਕਿਸਾਨਾਂ ਨੂੰ ਅਤਵਾਦੀ ਪਰ ਉਹ ਕੀ ਕਰਨ ਪਤਾ ਹੀ ਨਹੀਂ ਵੀ ਉਹ ਹੈ ਕੌਣ ਅੱਜ ਮੈਂ ਇੱਕ ਹੋਰ ਗੱਲ ਸੁਣੀ ਆ ਵੀ ਇੱਕ ਪੁਲਿਸ ਵਾਲਾ ਸ਼ਰਾਬ ਪੀ ਕੇ ਤੇ ਬਾਰਡਰ ਤੇ ਆ ਗਿਆ ਪਤਾ ਨਹੀਂ ਸਿੰਘੂ ਬਾਰਡਰ ਤੇ ਕਿ ਟਿੱਕਰੀ ਬਾਰਡਰ ਤੇ ਤੇ ਬਾਰਡਰ ਤੇ ਆ ਕੇ ਕਹਿੰਦਾ ਬਾਈ ਜੀ ਅਖੇ ਦੇਖੋ ਅਸੀਂ ਤਾਂ ਜੀ ਐਂ ਹੀ ਕੁੱਟਾਂਗੇ ਲੋਕ ਤੁਹਾਨੂੰ 26 ਜਨਵਰੀ ਨੂੰ ਕਿਸਾਨਾਂ ਨੂੰ ਕਹਿੰਦਾ ਡਾਂਗਾ ਨਾਲ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਈ ਹੋਵੇ ਪੁਲਿਸ ਵਾਲਾ ਯਾਰ ਜਦੋਂ ਪੁਲਸ ਹੀ ਇਹ ਕੰਮ ਕਰੀ ਜਾਂਦੀ ਹੈ ਅੱਛਾ ਤੇ ਇੱਕ ਗੱਲ ਹੋਰ ਹੈ ਵੀ ਐਨਆਈਏ ਐਨਆਈਏ ਦੇ ਛਾਪੇ ਪਈ ਜਾਂਦੇ ਆ ਭਾਵੇਂ ਉਹ ਕਿਸੇ ਨੇ ਹਸਪੀਟਲ ਬਣਾਇਆ ਹੋਵੇ ਭਾਵੇਂ ਕੋਈ ਲੰਗਰ ਲਾਉਂਦਾ ਹੋਵੇ ਭਾਵੇਂ ਕੁਝ ਵੀ ਕਰਦਾ ਹੋਵੇ ਉਹ ਤੇ ਐਨਆਈਏ ਦੇ ਛਾਪੇ ਪੈਂਦੇ ਆ ਨੋਟਿਸ ਆਉਂਦੇ ਨੇ ਇਹਦੇ ਵੀ ਪੈਸਾ ਕਿੱਥੋਂ ਆਇਆ ਐਨਆਈਏ ਦੇ ਨੋਟਿਸ ਮੰਤਰੀਆਂ ਨੂੰ ਕਿਉਂ ਨਹੀਂ ਆਉਂਦੇ ਵੀ ਤੁਹਾਡੇ ਕੋਲੇ ਪੈਸਾ ਕਿੱਥੋਂ ਆਇਆ ਹਮ ਆ ਜਿਹੜੇ ਕੁੱਤੇ ਚਮਚੇ ਰੱਖੇ ਹੋਏ ਇਹਨਾਂ ਨੂੰ ਕਿਉਂ ਨਹੀਂ ਨੋਟਿਸ ਆਉਂਦੇ ਵੀ ਤੁਹਾਡੇ ਕੋਲੇ ਪੈਸਾ ਕਿੱਥੋਂ ਆਇਆ ਇੱਕ ਪੁਲਸਾਰਾ ਟ੍ਰੈਫਿਕ ਤੇ ਉੱਥੇ ਨਾਕੇ ਤੇ ਖੜਾ ਚਲਾਨ ਕਟਾਉਂਦੇ ਹਿਸਾਬ ਨਾਲ ਜਿੰਨਾ ਜੁਰਮਾਨਾ ਬਣਦਾ ਉਹ ਤੋਂ ਵੱਧ ਲੈਂਦਾ ਤੇ ਉਹ ਜੁਰਮਾਨਾ ਕਿੱਥੇ ਜਾਂਦਾ ਸਾਰਾ ਸਰਕਾਰ ਕੋਲੇ ਪਹੁੰਚਦਾ ਹੈ ਕਿ ਨਹੀਂ ਉਹ ਐਨਆਈ ਵਾਲੇ ਨਹੀਂ ਧਿਆਨ ਰੱਖਦੇ ਜਦੋਂ ਆਮ ਬੰਦਾ ਕਮਾਈ ਕਰਕੇ ਟੈਕਸ ਭਰਦਾ ਉਦੋਂ ਟੈਕਸ ਸਹੀ ਜਗ੍ਹਾ ਤੇ ਲੱਗਦਾ ਹੈ ਕਿ ਨਹੀਂ ਲੱਗਦਾ ਉਦੋਂ ਐਨਆਈ ਮਰੀ ਹੁੰਦੀ ਹੈ ਐਨਆਈਏ ਵਾਲੇ ਉਦੋਂ ਨਹੀਂ ਧਿਆਨ ਰੱਖਦੇ ਅੱਛਾ ਐਨਆਈਏ ਨਾਲ ਉਦੋਂ ਹੀ ਧਿਆਨ ਜਾਂਦਾ ਜਦੋਂ ਕੋਈ ਪੜਾ ਕੰਮ ਕਰਦਾ ਭਾਵੇਂ ਲੋਕ ਫਲਾਈ ਆਰਮੀ ਹੋਵੇ ਭਾਵੇਂ ਉਹ ਕੋਈ ਉਹ ਸੇਵਾ ਕਰਦਾ ਹੋਵੇ ਕਿਸਾਨਾਂ ਦੀ ਉਦੋਂ ਹੀ ਐਨਆਈਏ ਦਾ ਧਿਆਨ ਜਾਂਦਾ ਵੀ ਬਈ ਜੀ ਫਲਾਨੀ ਚੀਜ਼ ਫਲਾਨੀ ਚੀਜ਼ ਵੀ ਹੈਗੀ ਹੈ ਦੁਨੀਆ ਤੇ ਪਰ ਜਦੋਂ ਜਦੋਂ ਦੇਖਿਆ ਜਾਂਦਾ ਵੀ ਯਾਰ ਇਹ ਕੀ ਹੈ ਇਹ ਧਿਆਨ ਕਿਸ ਚੀਜ਼ ਤੇ ਜਾ ਰਿਹਾ ਆਪਣਾ ਕਿਵੇਂ ਜਾ ਰਿਹਾ ਹੂੰ ਇਹ ਧਿਆਨ ਕਿਉਂ ਦੇਈਏ ਇਸ ਚੀਜ਼ ਤੇ ਦੱਸੋ ਕਿਐ ਸੀਤੇ ਧਿਆਨ ਜਾ ਰਿਹਾ ਆਪਣਾ ਲੋਕਾਂ ਦੀ ਸੇਵਾ ਤੇ ਮਿਸ ਲੋਕਾਂ ਦੀ ਸੇਵਾ ਕਿਉਂ ਕਰੀ ਜਾਂਦੇ ਪਰ ਉਹ ਸਿੱਧਾ ਪਰਚਾ ਵੀ ਨਹੀਂ ਪਾਉਂਦੇ ਵੀ ਬਈ ਸੇਵਾ ਦਾ ਪਰਚਾ ਹੈ ਪਰਚਾ ਇਹ ਪਾਉਂਦੇ ਵੀ ਕਿਸੇ ਨੂੰ ਕਹਿੰਦੇ ਤੁਹਾਡੀ ਮੰਜ਼ਲ ਇੱਕ ਗਲਤ ਬਣੀ ਹੋਈ ਹੈ ਕਿਸੇ ਤੇ ਕੋਈ ਪਰਚਾ ਪਾਦਾ ਕਿਸੇ ਤੇ ਕੋਈ ਪਰਚਾ ਪਾਦਾ ਤੇ ਇਹ ਪਰਚਾ ਉਦੋਂ ਹੀ ਪੈਂਦਾ ਉਹ ਅਵਤਾਰ ਸਿੰਘ ਨਹੀਂ ਹੈਗੇ ਪਤਾ ਨਹੀਂ ਸ਼ਾਇਦ ਲੋਕ ਭਲਾਈ ਆਰਮੀ ਵਾਲੇ ਹਨਾ ਲੋਕ ਭਲਾਈ ਹਾਂ ਲੋਕ ਭਲਾਈ ਆਰਮੀ ਸ਼ਾਇਦ ਪਤਾ ਨਹੀਂ ਕਿਹੜੀ ਸੰਸਥਾ ਲੋਕ ਭਲਾਈ ਆਰਮੀ ਹੈ ਸ਼ਾਇਦ ਸ਼ਾਇਦ ਮੈਂ ਕਿਉਂ ਕਿਹਾ ਕਿਉਂਕਿ ਮੈਨੂੰ ਜ਼ਿਆਦਾ ਨੋਲਿਜ ਨਹੀਂ ਤੇ ਉਹਨਾਂ ਨੇ ਕਿਹਾ ਵੀ ਬਈ ਮੈਂ ਹਸਪੀਟਲ ਬਣਾਇਆ ਤੇ ਉੱਥੇ ਵੀ ਸਿੰਘੂ ਬਾਰਡਰ ਤੇ ਸ਼ਾਇਦ ਹਾਂ ਵੀ ਜਿਹੜੇ ਬਿਮਾਰ ਹੋ ਜਾਂਦੇ ਉਹਨਾਂ ਨੂੰ ਦਵਾਈ ਦੂਈ ਦੇਣ ਦਾ ਇੰਤਜ਼ਾਮ ਕੀਤਾ ਤੇ ਮੇਰੇ ਕੋਲੇ ਕਹਿੰਦੇ ਆ ਗਿਆ ਨੋਟਿਸ ਵੀ ਜਿਹੜਾ ਤੇਰੇ ਤੂੰ ਸੰਸਥਾ ਬਣਾਈ ਹੈ ਨਾ ਉਹਦੇ ਫਲੋਰ ਦੇ ਉੱਤੇ ਇੱਕ ਫਲੋਰ ਫालतू ਪਿਆ ਹੋਇਆ ਤੇ ਇਹ ਨੋਟਿਸ ਉਦੋਂ ਹੀ ਕਿਉਂ ਆਉਂਦਾ ਜਦੋਂ ਉਹ ਕਿਸਾਨਾਂ ਦੀ ਸੇਵਾ ਕਰਦਾ ਉਦੋਂ ਪਹਿਲਾਂ ਕਿਉਂ ਨਹੀਂ ਆਇਆਗਾ ਉਦੋਂ ਪਹਿਲਾਂ ਐਨਆਈਏ ਸੁੱਤੀ ਪਈ ਸੀ ਕੋਈ ਘਰੇ ਮਰ ਗਿਆ ਸੀ ਤੁਹਾਡੇ ਕੀ ਹੋ ਗਿਆ ਸੀਗਾ ਮਾਮਰੀ ਜੀ ਉਦੋਂ ਪਹਿਲਾਂ ਤੁਹਾਡੀ ਉਦੋਂ ਪਹਿਲਾਂ ਮਾਮਰੀ ਸੀ ਨਈ ਵਾਲਿਆਂ ਦੀ ਉਹ ਨਹੀਂ ਕਹਿ ਸਕਦੇ ਸੀਗੇ ਵੀ ਹਾਂ ਭਾਈ ਆ ਚੀ ਤੁਹਾਡੇ ਕੋਲੇ ਹੈਗੀ ਹੁਣ ਆ ਹੈਣੀਗੀ ਆ ਤੁਹਾਡੇ ਤੇ ਪਰਚਾ ਬੰਦ ਆ ਉਦੋਂ ਹੀ ਪਰਚਾ ਕਿਉਂ ਬੰਦ ਆ ਜਦੋਂ ਕਿਸੇ ਲੋਕ ਪੜਾਈ ਦਾ ਕੰਮ ਕਰਦੇ ਪਹਿਲਾਂ ਕਿਉਂ ਨਹੀਂ ਨੋਟਿਸ ਆਇਆ ਪਹਿਲਾ ਨੋਟਿਸ ਕਿਉਂ ਨਹੀਂ ਆਇਆ? ਸ਼੍ਰੀ ਬਰਾੜ ਮੈਂ ਵਾਰੀ ਵਾਰੀ ਜਿਗਰੂ ਦਾ ਕਰਦਾ ਉਹਦਾ ਨਾਂ ਲੈਣਾ। ਜਦੋਂ ਹਥਿਆਰਾਂ ਵਾਲਾ ਗਾਣਾ ਲਿਖਦਾ ਉਦੋਂ ਉੱਤੇ ਪਰਚਾ ਨਹੀਂ ਪੈਂਦਾ। ਪਰ ਜਦੋਂ ਉਹ ਕਿਸਾਨ ਐਂਥਮ ਲਿਖਦਾ ਉਦੋਂ ਉੱਤੇ ਪਰਚਾ ਪੈਂਦਾ। ਪਰਚਾ ਹਥਿਆਰਾਂ ਵਾਲੇ ਗਾਣੇ ਦਾ ਪੈਂਦਾ। ਉਹ ਗਾਣਾ ਜਿਹੜਾ ਉਹਨੇ ਕਿਸਾਨ ਐਂਥਮ ਤੋਂ ਪਹਿਲਾਂ ਲਿਖਿਆ ਸੀ। ਕਿਉਂ ਉਦੋਂ ਪਰਚਾ ਕਿਉਂ ਨਹੀਂ ਵਿਆਹ ਤੋਂ ਸੁੱਤੇ ਪਏ ਸੀ? ਮਾਮਾ ਮਰੀ ਸ਼ੋਰ ਤੁਹਾਡੀ। ਐਵੇਂ ਮਾਮਾ ਭੈਣਾ ਸਾਭ ਦੀਆਂ ਸੰਝੀਆਂ ਹੁੰਦੀਆਂ ਪਰ ਕੀ ਕਰੀਏ? ਇਹ ਹੋ ਜੀ ਆਪਦੀ ਮਾਂ ਦੇ ਵੀ ਸਕੇ ਨਹੀਂ ਹੋ ਸਕਦੇ ਕਿਸੇ ਦੇ ਕੀ ਹੋਣਗੇ ਉਦੋਂ ਕਿੱਥੇ ਸੀ ਤੁਸੀਂ ਉਹ ਤਾਂ ਨਹੀਂ ਤੁਸੀਂ ਕਹਿ ਸਕਦੇ ਸੀ ਵੀ ਬਾਈ ਯਾਰ ਤੂੰ ਆ ਗਾਣਾ ਗਾਇਆ ਹੋਂ ਤੇਰੇ ਤੇ ਪਰਚਾ ਹੋਊਗਾ ਨਹੀਂ ਪਰ ਤੂੰ ਖੜਦਾ ਇੱਕ ਮਿੰਟ ਯਾਰ ਤੂੰ ਕਿਸਾਨਾਂ ਨੂੰ ਤੁਮ ਲਿਖ ਲੈ ਫਿਰ ਤੇਰੇ ਤੇ ਪੁਰਾਣੇ ਗਾਣੇ ਦਾ ਪਰਚਾ ਪਾ ਕੇ ਕਿਸਾਨਾਂ ਨੂੰ ਤੁਮ ਦਾ ਬਦਲਾ ਲਵਾਂਗੇ ਦਲਜੀਤ ਜਦੋਂ ਟੈਕਸ ਭਰਦਾ ਤਾਂ ਉਹਨੂੰ ਐਪਰੀਸੀਏਸ਼ਨ ਅਵਾਰਡ ਮਿਲਦਾ ਜਦੋਂ ਉਹ 1 ਕਰੋੜ 20 ਲੱਖ ਰੁਪਇਆ ਲੰਗਰ ਦੀ ਸੇਵਾ ਚ ਲਾਉਂਦਾ ਉਦੋਂ ਉਹਦੇ ਤੇ ਇਨਕਮ ਟੈਕਸ ਦੀ ਰੇਟ ਪੈਂਦੀ ਆ ਵੀ ਤੇਰੇ ਕੋਲੇ ਪੈਸਾ ਆਇਆ ਕਿੱਥੋਂ ਅਥਾ ਤੇ ਉਹਨਾਂ ਨੇ ਟੈਕਸ ਪਰ ਐਸੀਗਾ ਜਦੋਂ ਐਪਰੀਸੀਏਸ਼ਨ ਅਵਾਰਡ ਦੇਣਾ ਸੀ ਉਦੋਂ ਤਾਂ ਪੁੱਛਿਆ ਨਹੀਂ ਵੀ ਬਾਈ ਤੇਰੇ ਕੋਲੇ ਪੈਸਾ ਕਿੱਥੋਂ ਆਇਆ ਉਦੋਂ ਮਰ ਗਏ ਸੀ ਮਾਂ ਮਰੀ ਸੀ ਉਦੋਂ ਮੋਦੀ ਦੀ ਸੌਰੀ ਯਾਰ ਮੈਂ ਫੇਰ ਉਸੇ ਗਲਤੀ ਆ ਜਾਣਾ ਉਦੋਂ ਕਿੱਥੇ ਗਏ ਸੀ ਤੁਸੀਂ ਉਹ ਲੋਕ ਕਿਥੇ ਗਏ ਸੀ ਕਿਥੇ ਦਫਾ ਹੋਏ ਸੀ ਤੁਸੀਂ ਹੂੰ ਬੇਫਕੂ ਸਮਝ ਰੱਖਿਆ ਜਨਤਨ ਬੇਫਕੂਸਲੇ ਪਰ ਹੁਣ ਤੁਹਾਡੀਆਂ ਗੱਲਾਂ ਚ ਕੋਈ ਨਹੀਂ ਆਉਣ ਵਾਲਾ ਵੀਰੇ ਜਿੰਨੀ ਮਰਜ਼ੀ ਵਾ ਲਾ ਲਓ ਆਤ ਕਰਨ ਦਾ ਰੋਲਾ ਪਾਇਆ ਸੀ ਕਾਉਂ ਰੌਣਾ ਕਾਉਂ ਰੌਣਾ ਤੇ ਮੈਂ ਸੁਣਿਆ ਮੈਂ ਸੱਚ ਹੈ ਕਿ ਝੂਠ ਹੈ ਮੈਂ ਇਸ ਗੱਲ ਤੇ ਪੱਕੀ ਮੋਹਰ ਨਹੀਂ ਲਾ ਸਕਦਾ ਪਰ ਮੈਨੂੰ ਖਬਰ ਮਿਲੀ ਹੈ ਉਹ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਜੇ ਮੈਂ ਇਸ ਖਬਰ ਨੂੰ ਝੂਠੀ ਸੱਚੀ ਨਹੀਂ ਕਹਿ ਸਕਦਾ ਝੂਠੀ ਵੀ ਨਹੀਂ ਕਹਿ ਸਕਦਾ ਵੀ ਜਿਹੜੀ ਕਰੋਨਾ ਵੈਕਸੀਨ ਇਹਨਾਂ ਨੇ ਬਣਾਈ ਹੈ ਉਹਦੇ ਨਾਲ ਲੋਕ ਜਿਹਦੇ ਲੱਗਦੀ ਹੈ ਜਾਂ ਤਾਂ ਉਹ ਮਰ ਜਾਂਦਾ ਜਾਂ ਪਾਗਲ ਹੋ ਜਾਂਦਾ ਆ ਆਪਣਾ ਦੇਸ਼ ਦਾ ਹਾਲ ਹੈ ਇਹ ਗੱਲ ਸੱਚ ਹੈ ਤਾਂ ਕਿੰਨੀ ਮਾੜੀ ਗੱਲ ਹੈ ਯਾਰ ਹੈਨਾ ਕਿੰਨੀ ਮਾੜੀ ਗੱਲ ਹੈ ਵੀ ਇੱਕ ਤੁਹਾਨੂੰ ਦਵਾਈ ਵੀ ਬਣਾਉਣੀ ਨਹੀਂ ਆਉਂਦੀ ਚਾਜ ਨਾਲ ਕੀ ਕਰੋਗੇ ਤੁਸੀਂ ਤੇ ਇਹ ਗੱਲ ਝੂਠ ਹੈ ਤਾਂ ਫਿਰ ਉਹਨਾਂ ਵਾਸਤੇ ਮਾੜੀ ਗੱਲ ਹੈ ਜਿਹੜੇ ਝੂਠ ਬੋਲਦੇ ਨੇ ਜਿਹੜੇ YouTube ਤੇ ਜਾਂ ਕਿਤੇ ਵੀ ਕਿਸੇ ਵੀ ਤਰੀਕੇ ਨਾਲ ਅਫਵਾਹਾਂ ਫਲਾਉਂਦੇ ਹਨ ਇਹ ਉਹਨਾਂ ਵਾਸਤੇ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਹੈ ਬਾਕੀ ਵੀਰੇ ਇਹ ਤਾਂ ਪਤਾ ਲੱਗ ਜੂ ਆਉਣ ਵਾਲੇ ਟਾਈਮ 'ਚ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਪਰ ਉਸ ਹੱਬ ਨਾਲ ਦੇਖਿਆ ਜਾਵੇ ਤਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕੇਸ ਹਰੇਕ ਤੇ ਬਣਦਾ ਕੱਲੀ ਗੰਗਣਾ ਦੇਣੀ ਪਰ ਕੇਸ ਕਰਨ ਜਿਹਦੇ ਤੇ ਸਾਲਿਆਂ ਨੇ ਚੈਨਲ ਤਾਂ ਲੈਵਲ ਹੀ ਲਾਤਾ ਵੀ ਅਸੀਂ ਐਸ ਚੈਨਲ ਦੇ ਆ ਉਹ ਲੈਵਲ ਹੀ ਹੈ ਨਹੀਂ ਉਹਨਾਂ ਕੋਲੇ ਵੀ ਐਸ ਚੈਨਲ ਦੇ ਆ ਅਸੀਂ ਕੀ ਕਹਿਣ ਵੀ ਕਿਹੜੇ ਚੈਨਲ ਵਾਲੇ ਉਹ ਸਾਫ਼ ਮੁੱਕਰ ਜਾਣਗੇ ਵੀ ਇਹ ਸਤ ਹੈ ਹੀ ਨਹੀਂ ਸੀ ਕਹਾਂ ਦਾ ਕੇਸ ਕਰੋਗੇ ਨਾ ਤੇ ਕੰਗੜਾ ਨੇ ਤਾਂ ਟਵਿੱਟਰ ਤੇ ਬੋਲੇ ਤੇ ਬਾਕੀ ਵੀਰੇ ਤੁਸੀਂ ਫਿਕਰ ਨਾ ਕਰੋ ਸਭ ਸੈੱਟ ਹੋ ਜੂ ਅੱਜ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕਰਨੀ ਆਪਣੇ ਤੇ ਕੋਈ ਨਹੀਂ ਤੇ ਬਾਕੀ ਵੀਰੇ ਸ਼ਾਂਤੀ ਨਾਲ ਜਿਵੇਂ ਪਹਿਲਾਂ ਚੱਲਦੇ ਆਏ ਹਨ ਉਵੇਂ ਚੱਲੋ ਤੇ ਪਾੜਨ ਦੀ ਕੋਸ਼ਿਸ਼ ਹੋਈ ਜਾਂਦੀ ਹੈ ਹੋ ਸਕਦਾ ਅੱਗੇ ਵੀ ਹੋਵੇ ਤੇ ਐਂ ਇਹਨੂੰ ਕੋਸ਼ਿਸ਼ ਨੂੰ ਤੁਸੀਂ ਰੋਕਣਾ ਆ ਇਹਨੂੰ ਫੇਲ ਕਰਨਾ ਤੇ ਬਾਕੀ ਡਰੇ ਹੋਏ ਆ ਇਹ ਬਸ ਹੁਣ ਇਹਨਾਂ ਦਾ ਡਰ ਪੂਰਾ ਬਾਹਰ ਕੱਢਣਾ ਵੀ ਇਹਨਾਂ ਨੂੰ ਲੱਗੇ ਵੀ ਹਾਂ ਯਾਰ ਅਸੀਂ ਗਲਤ ਕਰ ਹੀ ਜਾਂਦੇ ਹਾਂ ਜਿੰਨਾ ਤੱਕ ਮੈਂ ਸੁਣਿਆ ਵੀ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਦਿੱਲੀ ਚ ਜਿਹੜਾ 26 ਜਨਵਰੀ ਵਾਲੀ ਟ੍ਰੇ ਹੋਇਆ ਰੇਡ ਉਹਦੀ ਪਰਮਿਸ਼ਨ ਦੇ ਦਿੱਤੀ ਹੁਣ ਇਹ ਗੱਲ ਵੀ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹ ਵੀ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਕਿਸੇ ਖਬਰ ਤੋਂ ਨਹੀਂ ਸੁਣਿਆ ਉੜ-ਉੜ ਦੀ ਗੱਲ ਸੁਣੀਆ ਮੈਂ ਉਰੇ ਉਪਰ ਇਸ ਕਰਕੇ ਮੈਂ ਇਸ ਗੱਲ ਤੇ ਵੀ ਪੱਕੀ ਮੂਰ ਨਹੀਂ ਲਾ ਸਕਦਾ ਵੀ ਇਹ ਸੱਚ ਹੈ ਇਸ ਕਰਕੇ ਮੈਂ ਸਿੱਧੇ ਕਹਿੰਦਾ ਨਾ ਬਈ ਮੈਂ ਸੁਣਿਆ ਹੈ ਮੈਨੂੰ ਨਹੀਂ ਪਤਾ ਵੀ ਗੱਲ ਸੱਚ ਹੈ ਕਿ ਝੂਠ ਹੈ ਪਰ ਮੈਂ ਸੁਣਿਆ ਇਸ ਕਰਕੇ ਕਿਉਂਕਿ ਕੋਈ ਮੇਰੀ ਗੱਲ ਤੇ ਯਕੀਨ ਕਰਕੇ ਤੇ ਮੈਨੂੰ ਇਹ ਨਾ ਕਹਦੇ ਬਈ ਇਹਨੇ ਤਾਂ ਫਵਾ ਫਿਲਾਈ ਤੇ ਬਾਕੀ ਵੀਰੇ ਸਮਾਂ ਉੱਤੇ ਬਦਲਾ ਘਿਜਊਗਾ ਵੀ ਕੋਣ ਕਿੰਨੇ ਗੱਟ ਪਾਣੀ ਚ ਤੇ ਬਾਕੀ ਬੋਲਣ ਚ ਕੋ ਬਾਦ ਘੱਡ ਰਹੀਦੀ ਹੋਵੇ ਆਪਾਂ ਮਾਫੀ ਮੰਗਦੇ ਥੋੜੇ ਤੋਂ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਦਵਾਨੀ ਇਹਨਾਂ ਨੂੰ ਮੁੱਲ ਨਹੀਂ ਲੱਗਦਾ ਕਰਦਿਆ ਕਰੋ ਤੁਹਾਡਾ ਕੀ ਜਾਣਾ ਬਾਕੀ ਹਿੰਮਤ ਨਹੀਂ ਛੱਡਨੀ ਸ਼ੇਰੋ ਸਭ ਸੈੱਟ ਹੋ ਜੂਗਾ ਓਕੇ ਵੀਰੇ ਸਤਿ ਸ੍ਰੀ ਅਕਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ